ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹਿਰ ਦੇ ਦੋ ਗੁਰਦੁਆਰਿਆਂ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਏ। ਗੁਰਦੁਆਰਾ ਸ਼੍ਰੀ ਨਾਨਕ ਸਿੰਘ ਸਭਾ ਨਵੀਂ ਆਬਾਦੀ ਸਰਹੰਦ ਅਤੇ ਦਲੀਜੀ ਮਹੱਲਾ ਗੁਰਦੁਆਰਾ ਸਾਹਿਬ ਵਿਖੇ ਦਿਨ ਦਿਹਾੜੇ ਅਣਪਛਾਤੇ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦਾ ਤਾਲਾ ਤੋੜ ਕੇ ਗੋਲਕ ਵਿੱਚੋਂ ਮਾਇਆ ਚੋਰੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਬੜੀ ਹੀ ਅਫਸੋਸ ਦੀ ਗੱਲ ਹੈ ਵੀ ਅੱਜ ਦਿਨ ਦਿਹਾੜੇ ਦੋ ਗੁਰਦੁਆਰਾ ਸਾਹਿਬਾਨਾਂ 'ਚ ਇਸ ਤਰ੍ਹਾਂ ਸਰੇਆਮ ਆਪਣਾ ਗੋਲਕਾਂ ਤੋੜ ਕੇ, ਜੋ ਉਹਨਾਂ ਨੇ, ਚਲੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਮਹਾਰਾਜ ਦੀ ਬੇਅਦਬੀ ਨਹੀਂ ਹੋਈ ਹੈਗੀ। ਵੈਸੇ ਕੰਮ ਤਾਂ ਹੋਣੇ ਨਹੀਂ ਚਾਹੀਦਾ ਹੈਗਾ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹਿੰਦੇ ਹਾਂ ਵੀ ਕਮ ਸੇ ਕਮ ਤੁਸੀਂ ਇੱਧਰ ਚੱਕਰ ਲਗਾ ਕੇ ਰੱਖੋ, ਆਲੇ ਦੁਆਲੇ ਦਿਨ ਦਿਹਾੜੇ ਦੇਖਣਾ ਪੈਂਦਾ, ਕਿਉਂਕਿ ਕੁਛ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰ ਫਿਰਦੇ ਹੈ ਜਿਹੜੇ ਇਹ ਕੰਮ ਕਰਨ ਨੂੰ ਬਿਲਕੁਲ ਤਤਪਰ ਤਿਆਰ ਰਹਿੰਦੇ ਹੈ। ਇਸ ਲਈ ਮੈਂ ਤਾਂ ਇਹੀ ਮਤਲਬ ਕਿ ਗੁਜ਼ਾਰਿਸ਼ ਕਰੂੰਗਾ ਵੀ ਜਿੱਥੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਸਾਰੇ, ਉੱਥੇ ਨਾਲ ਹੀ ਪ੍ਰਸ਼ਾਸਨ ਨੂੰ ਅਤੇ ਪੁਲਿਸ ਵਾਲਿਆਂ ਨੂੰ ਵੀ ਇਹੀ ਦਿਨ 'ਚ 4-5 ਵਾਰ 10 ਵਾਰ ਚੱਕਰ ਘਟਪਟ ਲਗਾਉਣੇ ਚਾਹੀਦੇ ਆ ਤਾਂ ਕਿ ਇਹ ਬੇਅਦਬੀ ਵਾਲਾ ਜਿਹੜਾ ਮਾਮਲਾ ਹੈ ਇਹ ਦੁਬਾਰਾ ਕਿਤੇ ਭੱਖੇ ਨਾ, ਉੱਦਾਂ ਦੇ ਸਾਨੂੰ ਦਿਨ ਨਾ ਦੇਖਣ ਪੈਣ, ਕਿਉਂਕਿ ਅਸੀਂ ਪਹਿਲਾਂ ਵੀ ਬਹੁਤ ਇਹ ਕੰਮ ਹੋ ਚੁੱਕਿਆ ਹੈ, ਇਹੋ ਅਸੀਂ ਨਹੀਂ ਚਾਹੁੰਦੇ ਵੀ ਇਹ ਦੁਬਾਰਾ ਇਹ ਕੰਮ ਹੋਵੇ। ਇਸ ਲਈ ਮੈਂ ਤਾਂ ਇਹੀ ਗੁਜ਼ਾਰਿਸ਼ ਕਰੂੰਗਾ ਵੀ ਜਿੱਥੇ ਗੁਰਦੁਆਰਾ ਸਾਹਿਬ ਵਾਲੇ ਆਪਣੀ ਡਿਊਟੀ ਸਾਂਭਣ, ਉੱਥੇ ਨਾਲ ਦੀ ਨਾਲ ਪ੍ਰਸ਼ਾਸਨ ਵੀ, ਪੁਲਿਸ ਵਾਲੇ ਵੀ ਸਾਰੇ ਮਿਲ ਜੁਲ ਕੇ ਇਹਨੂੰ ਆਪਣਾ ਕਾਰਨ ਨੂੰ ਸਿੱਧ ਕਰਨ ਤਾਂ ਕਿ ਕੋਈ ਮਤਲਬ ਕਿ ਨੁਕਸਾਨ ਨਾ ਹੋਵੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਲਜੀਤ ਸਿੰਘ ਹੈ ਜੀ, ਮੈਂ ਇੱਥੇ ਨਾਲੇ ਨਵੀਂ ਵਾਦੀ 'ਚ ਰਹਿੰਦਾ। ਅਤੇ ਫਤਿਹ ਸਿੰਘ ਜੀ ਕਿਹੜਾ ਗੁਰਦੁਆਰਾ ਜੀ? ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸਭਾ ਨਵੀਂ ਵਾਦੀ ਸਰਹੰਦ ਮੰਡੀ। ਅੱਜ ਸ਼ਾਮ ਨੂੰ ਭਾਈ ਸਾਹਿਬ ਗ੍ਰੰਥੀ ਸਿੰਘ ਆਏ ਨੇ ਗੁਰਦੁਆਰਾ ਸਾਹਿਬ ਖੋਲ੍ਹਣ, ਅਤੇ ਉਹਨਾਂ ਨੇ ਦੇਖਿਆ ਕਿ ਜਿੰਦਾ ਟੁੱਟਿਆ ਹੋਇਆ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਬੁਲਾਇਆ, ਅੰਦਰ ਜਾ ਕੇ ਦੇਖਿਆ ਅਤੇ ਗੋਲਕ ਵੀ ਥੋੜ੍ਹੀ ਹੋਈ ਸੀਗੀ ਅਤੇ ਭਾਣ ਨੋਟ ਕੁਛ ਲੋੜ ਸੀ, ਕੁਛ ਪਾਨ ਸੀ, ਉਹ ਸਾਰੇ ਕੱਢ ਕੇ ਲੈ ਗਏ। ਲੇਕਿਨ ਅਕਾਲ ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਕਿ ਮਹਾਰਾਜ ਦੀ ਕੋਈ ਬੇਅਦਬੀ ਨਹੀਂ ਹੋਈ, ਹੋਰ ਸਾਰਾ ਕੁਛ ਸੇਫ ਹੈ, ਨਗਦੀ ਭਾਣ ਲੈ ਗਏ ਗਏ, ਨੋਟ ਸਾਨੂੰ ਵੀ ਜੀ ਬੋਲ ਦੋ ਸਰ ਕੁਛ।